ऊपर गई है और दूर भी शुरुआत छक्के के साथ। बापू कहिंदा बेबे रोंद बड़े पींदी, मैं नहीं खेडना बेबे नाल, बेबे बैठ लै के अंदर चली जाना। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸੁਮਿੱਤਰੋ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਪਿਆਰ ਭਰੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਬੇਬੇ ਨੇ ਸਤਿ ਸ੍ਰੀ ਅਕਾਲ ਹੀ ਚੇਂਜ ਕਰ, ਬੇਬੇ ਨੇ ਫਿਰ ਪਿਆਰ ਪਾਇਆ ਸਤਿ ਸ੍ਰੀ ਅਕਾਲ ਵਿੱਚ। ਬੇਬੇ ਮੈਂ ਅੱਜ ਸੋਚੀ ਜਾਂਦਾ ਸੀ, ਪਹਿਲਾਂ ਨਿੱਕੇ ਹੁੰਦੇ ਵੇਲੇ ਕਿੰਨੀਆਂ ਖੇਡਾਂ ਖੇਡਦੇ ਹੁੰਦੇ, ਲੁਕਣ ਲੁਕਣ ਮਿਚਾਈ ਖੇਡਦੇ ਸੀਗੇ, ਕੋਟਲਾ ਛਪਾਕੀ ਵੀ ਖੇਡਦੇ ਹੁੰਦੇ ਸੀ, ਛੂਣ ਛਕਾਪੀ, ਛੂਣ ਛਕਾਪੀ ਵੀ, ਕੋਟਲਾ ਛਪਾਕੀ ਵੀ, ਬਾਂਦਰ ਕਿੱਲਾ, ਬਾਂਦਰ ਕਿੱਲਾ ਵੀ ਖੇਡਦੇ ਸੀਗੇ। ਤੇ ਤੁਸੀਂ ਮਿੱਤਰੋ ਕਮੈਂਟ ਕਰਕੇ ਦੱਸੋ ਤੁਸੀਂ ਕਿਹੜੀ ਕਿਹੜੀ ਗੇਮ ਖੇਡਦੇ ਹੁੰਦੇ। ਬੇਬੇ ਅੱਜ ਕੱਲ ਵੇਖ ਲਾ, ਇਹ ਸਾਰੀਆਂ ਚੀਜ਼ਾਂ ਜਿਹੜੀ ਲੋਪ ਹੋ ਗਈਆਂ ਹਨਾ, ਲੋਕੀ ਭੁੱਲਦੇ ਜਾ ਰਹੇ, ਲੋਪ ਤਾਂ ਹੋਣੀਆਂ ਸੀ ਤੇਰੇ ਵਰਗਾ, ਗੁੱਠੇ ਮਾਰੀ ਜਾਂਦਾ ਸਾਰੀ ਦਿਹਾੜੀ, ਨਾ ਕੋਈ ਛੂਣ ਛਪਾਕੀ, ਨਾ ਕੋਈ ਕੋਟਲਾ ਛਪਾਕੀ, ਨਾ ਕੋਈ ਲੁਕਣ ਮਚਾਈ। ਬੇਬੇ ਨੇ ਨਾ ਮੋੜ ਘੋੜ ਕੇ ਗੱਲ ਇੱਧਰ ਗੱਲ ਉੱਧਰ ਜਾਂਦੀ, ਬਈ ਗੱਲ ਨੂੰ ਧੱਕੇ ਨਾ ਫੜ ਕੇ ਇੱਧਰ ਮੇਰੇ ਤੇ ਲੈ ਆਉਣਾ, ਕਿੱਥੇ ਲਿਆਉਣੀ ਆ ਜਦੋਂ ਸਾਰੇ ਤੇਰਾ ਚੱਲਦਾ ਤਾਂ ਤੇਰੇ ਤੇ ਲਿਆਉਣੀ ਆ। ਨਿਚੋੜ ਨਿਕਲਦਾ ਕੀ ਗਲਤੀ ਸਾਰੀ ਫੋਨ ਦੇ, ਫੋਨ ਵਿਚਾਰ ਨੇ ਬੇਬੇ ਉੱਤੇ ਵੀਡੀਓ ਬੰਦੀ, ਉਹਨੇ ਕੀ ਵਿਗਾੜਿਆ, ਤੇਰੇ ਸਵਾਰਿਆ ਵੀ ਕੀ ਆ, ਬਹੁਤ ਕੁਛ ਸਵਾਰਿਆ ਬੇਬੇ, ਕੁਛ ਨਹੀਂ ਸਵਾਰਿਆਗਾ, ਬਹੁਤ ਕੁਛ ਦਿੱਤਾ ਇਹਨੇ ਆਪਾਂ ਨੂੰ। ਅੱਜ ਸੱਚ ਰਾਜ ਕਰਨ ਹੋਣੀ ਖੇਡੀ ਜਾਂਦੇ ਬੈਟ ਬਾਲ, ਮੈਂ ਵੀ ਨਾਲ ਖੇਡ ਗਿਆ, ਬੜਾ ਨਜ਼ਾਰਾ ਆ ਬੇਬੇ, ਤੂੰ ਵੀ ਜਾ ਕੇ ਨਿਆਣਿਆਂ ਨਾਲ ਨਿਆਣਿਆਂ ਵਰਗਾ ਬਣ ਜਾਂਦਾ, ਬੋਡਲ ਇਕੱਠਾ ਹੋਇਆ। ਉਹ ਬੇਬੇ ਜਵਾਕਾਂ ਨਾਲ ਖੇਡਣ ਦਾ ਮਜ਼ਾ ਹੀ ਬੜਾ ਆਉਂਦਾ ਬੈਟ ਬਾਲ। ਮੈਂ ਵੀ ਬਹੁਤ ਖੇਡਦੀ ਹੁੰਦੀ ਸੀ ਨਿੱਕੀ ਹੁੰਦੀ, ਥਾਪਾ ਹੀ ਲੈ ਲੈਂਦੀ ਸੀ, ਬੜੇ ਛਿੱਕੇ ਲਾਉਂਦੀ ਸੀਗੀ। ਬੇਬੇ ਝੂਠ ਮਾਰੀ ਜਾਂਦੀ ਤੇ ਹੁਣ ਖੇਡ ਕੇ ਵੇਖ ਲੈ ਮੇਰੇ ਨਾਲ, ਲਿਆ ਬੈਟ ਬਾਲ, ਲੈ ਬੇਬੇ ਤੂੰ ਛਿੱਕਾ ਕਿੱਧਰ ਲਾ ਲੇਂਗੀ, ਬੇਬੇ ਯਾਰ ਐਵੇਂ ਮਜ਼ਾਕ ਕਰੀ ਜਾਂ, ਕਹਿੰਦੇ ਤੂੰ ਮੈਨੂੰ ਬੋਟ ਬੋਲ ਵੀ ਜਾਣ ਕੇ ਫੜਾ, ਤੇਰੇ ਛਿੱਕਾ ਲਾ ਕੇ ਵਿਖਾਵਾਂ, ਲੱਗ ਜੇ ਪਤਾ, ਹਾਂ ਲੱਗ ਜੂ ਪਤਾਗਾ, ਬੇਬੇ ਝੂਠ ਮਾਰੀ ਜਾਂ, ਨਹੀਂ ਨਹੀਂ ਜੁੜੇ ਤੇਰੇ ਸਾਹਮਣੇ ਲਾ ਕੇ ਵਿਖਾ ਦੇ, ਮੈਂ ਵੀ ਬੇਬੇ ਨੇ ਆਪਾਂ ਨੂੰ ਚੈਲੰਜ ਕੀਤਾ, ਬੇਬੇ ਕਹਿੰਦੇ ਮੈਂ ਨਿੱਕੇ ਹੁੰਦੇ, ਬੇਬੇ ਝੂਠ ਮਾਰਦੀ, ਨਹੀਂ ਮੈਂ ਝੂਠੇ ਲਿਆ ਤੇ ਬੋਲ ਲਿਆ ਤੇ ਛਿੱਕਾ ਲਿਆ ਬੈਟ ਬਾਲ, ਅੱਜ ਆਪਾਂ ਜਵਾਕਾਂ ਤੋਂ ਬੈਟ ਬਾਲ ਲੈ ਆਉਣਾ ਵਾ ਤੇ ਬੇਬੇ ਦੇ ਛਿੱਕੇ ਵੇਖਦਾ ਆ ਕਿੰਨੇ ਕਿ ਲਾਉਂਦੀ, ਅੱਗੇ ਮਿਲਦੇ ਫਿਰ, ਲੱਗ ਜੇ ਪਤਾ, ਲੱਗ ਜੂ ਪਤਾ, ਵੇਖ ਚੱਲ ਆਪਾਂ ਮਿੱਤਰੋਂ ਲੈ ਲਈਏ ਬੈਟ ਬਾਲ ਜਵਾਕਾਂ ਤੋਂ, ਬੇਬੇ ਬੇਬੇ ਬਾਪੂ ਨੇ ਤਾਂ ਫਿਰ ਤੇਰੇ ਵੱਲ ਦੀ ਗੱਲ ਹੀ ਕਰਨੀ, ਉਹ ਬਾਪੂ ਦੇ ਬਾਪੂ ਤੇ ਵਿਚਾਰ ਅੱਗੇ ਬੇਬੇ ਤੋਂ ਡਰਦਾ ਰਹਿੰਦਾ, ਜੇ ਬੇਬੇ ਆਊਟ ਹੋ ਗਈ ਤੇ ਬਾਪੂ ਨੇ ਆਊਟ ਹੋ ਗਈ, ਮੈਂ ਆਊਟ ਹੋਣੀ ਨਹੀਂ ਜਿੰਨੀ, ਬੇਬੇ ਮੁੱਕਰਨਾ ਨਹੀਂ, ਨਹੀਂ ਮੈਂ ਮੁੱਕਰਾਂ ਤੇਰੇ ਕੋਲੇ ਆ, ਮੈਨੂੰ ਛੋਟੇ ਹੁੰਦੇ ਖਬਰ ਮਿਲੀ ਆ ਕਿ ਬੇਬੇ ਛੋਟੀ ਹੁੰਦੀ ਬੜੀ ਤੇਜ਼ ਹੁੰਦੀ ਸੀ, ਮੁੱਕਰ ਜਾਂਦੀ, ਅੱਜ ਨਹੀਂ ਮੁੱਕਰਨਾ, ਮੈਂ ਮੁੱਕਰਨ ਨਾਲ ਕੰਮ, ਹੁਣ ਮੁੱਕਰਨ ਨਾਲ ਚੀਜ਼ਾਂ ਗਈਆਂ, ਹੁਣ ਜਾਗਰ ਦਮੀਆਂ ਹੋ ਗਈਆਂ, ਅੱਜ ਲੱਗਣਗੇ ਛੱਕੇ, ਅੱਜ ਛਿੱਕੇ ਲੱਗੇ, ਛਿੱਕੇ ਤੇ ਛਿੱਕਾ ਛਿੱਕਾ, ਚਲ ਆ ਜਾਓ ਫਿਰ ਮਿੱਤਰੋ ਖੇਡੀਏ ਫਿਰ ਬੈਟ ਬਾਲ, ਅੱਜ ਮੈਦਾਨ 'ਚ ਪਤਾ ਲੱਗੂ, ਆਪਾਂ ਸਾਰੇ ਪਲੇਅਰਾਂ ਨੂੰ ਸੱਦ ਲਏ ਤੇ ਮੈਂ ਵੀ ਯੂਨੀਫਾਰਮ ਚੇਂਜ ਕਰ ਲਾ, ਬੇਬੇ ਬਾਕੀ ਸਾਰੀ ਟੀਮ ਪਹੁੰਚੇਗੀ, ਡੈਡੀ ਜੀ ਵੀ ਪਹੁੰਚੇਗੇ ਤੇ ਬਾਪੂ ਕਹਿੰਦਾ ਮੈਂ ਨਹੀਂ ਆਉਣਾ, ਕਹਿੰਦਾ ਬਾਪੂ ਕਹਿੰਦਾ ਮੇਰੇ ਕੋਲ ਲਿਆ, ਬਾਪੂ ਕਹਿੰਦਾ ਬੇਬੇ ਰੋਂਦ ਬੜੇ ਪੀਂਦੀ, ਮੈਂ ਨਹੀਂ ਖੇਡਣਾ ਬੇਬੇ ਨਾਲ, ਨਾ ਖੇਡੇ ਫੇਰ ਹੁਣ ਆਪਾਂ, ਬੇਬੇ ਬੈਟ ਲੈ ਕੇ ਅੰਦਰ ਚਲੀ ਜਾਣਾ, ਬੇਬੇ ਹੁਣ ਫਿਰ ਬਾਪੂ ਨੇ ਤੇ ਆਉਣਾ ਨੀ, ਨਾ ਆਵੇਂ ਨਹੀਂ ਆਉਂਦਾ ਤਾਂ, ਐਮਪਾਇਰ ਕਿਹਨੂੰ ਬਣਾਵਾਂਗੇ, ਡੈਡੀ ਨੂੰ, ਚਲੋ ਫਿਰ ਆਓ ਮਿੱਤਰੋ, ਐਮਪਾਇਰ ਹੁਣ ਬਾਪੂ ਦੀ ਜਗ੍ਹਾ ਡੈਡੀ ਜੀ, ਕਿਉਂਕਿ ਬਾਪੂ ਜੀ ਘਬਰਾ ਚੁੱਕੇ ਨੇ ਬੇਬੇ ਤੋਂ, ਐਮਪਾਇਰ ਡੈਡੀ ਜੀ ਬਣ ਗਏ ਤੇ ਟਾਸ ਪਾ ਲਈ, ਆਜੋ ਲਓ ਮਿੱਤਰੋ ਕੈਮਰਾਮੈਨ ਨੂੰ ਬੇਨਤੀ ਕੀਤੀ ਜਾਂਦੀ ਕੋਲੇ ਆ ਜਾਓ, ਬੇਬੇ ਹੁਣ ਆਪਾਂ ਟਾਸ ਪਾਵਾਂਗੇ, ਠੀਕ ਆ, ਟਾਸ ਨਹੀਂ ਪਾਉਣੀ, ਪਹਿਲਾਂ ਮੈਂ ਖੇਡਣਾ, ਬੇਬੇ ਟਾਸ ਪਾਉਂਦੇ ਹਰ ਇੱਕ ਮੈਚ, ਤੇ ਪਾਉਂਦੇ ਰਹਿਣ, ਪਹਿਲਾਂ ਮੈਂ
ਬਾਲ ਦੀ ਵੇਟ ਕਰ ਰਿਹਾ, ਚਲੋ ਆਓ ਆਪਾਂ ਖੇਡੀਏ। ਲਓ ਜੀ ਅੰਪਾਇਰ ਪਹੁੰਚ ਚੁੱਕੇ ਆ ਤੇ ਅੰਪਾਇਰ ਨਾਲ ਗੱਲਬਾਤ ਕਰਦੇ ਆ। ਅੰਪਾਇਰ ਜੀ ਦੱਸੋ ਜੀ, ਤੁਹਾਡੇ ਨਾਲ ਮੈਂ ਸਾਰੇ ਕੰਮ ਕਰਾਇਆ ਕਰਨੇ, ਪੱਠੇ ਤੋਂ ਲੈ ਕੇ ਤੂੰ ਜਦ ਸਾਰਾ ਬਾ ਗੱਲ ਤੁਸੀਂ ਮੇਰੇ ਹੱਕ ਦੀ ਕਰਨੀ, ਜੇ ਆਊਟ ਨਾ ਵੀ ਹੋਵੇ ਤਾਂ ਵੀ ਆਊਟ ਦੇ ਦੇਣਾ, ਤੂੰ ਫਿਕਰ ਨਾ ਕਰਵਾ। ਅੰਪਾਇਰ ਆਪਣੀ ਜੇ ਚਲੋ ਪਹਿਲੇ ਚੱਲ ਪਹਿਲੀ ਬਾਲ ਬੇਬੇ ਆਉਂਦੇ ਜਾਣੇ ਦੇ ਗੋਡਾ ਲਾ ਕੇ ਮੈਕਸਵੈਲ ਵਾਂਗੂ ਛੱਕਾ ਲਾਉਣ ਲੱਗੀ ਸੀ। ਬੇਬੇ ਕਹਿੰਦੀ ਥਾਪਾ ਹੁੰਦਾ ਸੀ ਸਾਡੇ ਟਾਈਮ, ਕੋਈ ਨਾ ਆਊਟ ਕਰਦਾ ਫਿਰ। ਮਿੱਤਰੋ ਆਡੀਅੰਸ ਬੈਠੀ ਹੋਈ ਆ, ਦਰਸ਼ਕ ਇੱਧਰ ਬੈਠੇ ਨੇ, ਉਹ ਵੀ ਆਈ ਪੀ ਟੈਚ ਲੈ ਕੇ ਪਹੁੰਚੇ ਨੇ, ਵੱਡੇ ਵੀ ਆਈ ਪੀ ਮਹਿਮਾਨ। ਮੰਮੀ ਘਰਾਂ ਦੀ ਆਸ਼ੀਰਵਾਦ ਦਿਓ, ਰੋਂਦ ਪੀਵੇ ਵੱਧ ਤੋਂ ਵੱਧ। ਫਸਟ ਵਾਲੀ ਵਿਕਟ ਡਾਉਣੀ ਆਪਾਂ, ਸੈਂਟਰ ਵਾਲੀ ਬੇਬੇ ਸ਼ਾਟ ਵਧੀਆ ਮਾਰਦੀ, ਆਊਟ ਨਹੀਂ ਹੁੰਦੀ ਬੇਬੇ। ਫਾਸਟ ਬਾਲ ਆਵੇਗਾ ਸਲੋ, ਨਹੀਂ ਸਲੋ ਹੀ ਆਵੇ। ਮੈਂ ਲਗਾਤਾਰ 6 ਛੱਕੇ ਲਾ ਕੇ ਦਿਖਾਵੇ, ਚੱਲਾ ਫਿਰ ਲੱਗ ਗਿਆ ਪਤਾ। ਔਖਾ ਕੰਮ ਬੇਬੇ ਕਰਦਾ ਆਊਟ, ਬੇਬੇ ਕਹਿੰਦੀ ਨਹੀਂ, ਚੱਲ ਫਿਰ ਲੱਗ ਜੂ ਪਤਾ। ਮੈਂ ਫੀਲਡਿੰਗ ਕੀਤੀ, ਤੇਰੀ ਵਾਰੀ, ਹੁਣ ਮੇਰੀ ਬੈਟਿੰਗ ਆ। ਮੈਨੂੰ ਬਾਪੂ ਦਾ ਪਤਾ ਲੱਗ ਗਿਆ, ਬਾਪੂ ਕਾਹਦੇ ਨੇ ਬੇਬੇ ਨੂੰ ਆਊਟ ਕੀਤਾ ਤੁਹਾਡੇ ਸਾਹਮਣੇ। ਬੇਬੇ ਆਊਟ ਆ, ਨਹੀਂ ਮੈਂ ਆਊਟ ਆ। ਬੇਬੇ ਇਹ ਗੱਲ ਬਹੁਤ ਗਲਤ, ਇਸੇ ਗੱਲਾਂ ਕਰਕੇ ਮੈਂ ਤੇਰੇ ਨਾਲ ਖੇਡਦਾ ਨਹੀਂ, ਇਸੇ ਗੱਲਾਂ ਕਰਕੇ ਕਹਿੰਦੇ ਸੀ ਕਿ ਬੇਬੇ ਛੋਟੀ ਹੁੰਦੀ ਵੀ ਰੌਂਦ ਪੈਂਦੀ ਹੁੰਦੀ। ਬੇਬੇ ਆਊਟ ਆ ਯਾਰ, ਤੂੰ ਇਦਾਂ ਨਹੀਂ ਹੁੰਦਾ। ਬੇਬੇ ਵੇਖ ਲਓ ਰੌਂਦ ਪਈ ਆ।
ਮੇਰੀ ਵਾਰੀ ਆਈ ਤੇ ਇਹ ਵੀ ਇਹਨੂੰ ਵੀ ਚੇਤਾ ਆ ਗਿਆ, ਤੈਨੂੰ ਵੀ ਉਹਨੇ ਛੁੱਟੀ ਹੋਣੀ ਟਿਊਸ਼ਨ ਤੋਂ। ਭਾਈ ਹੋਰ ਗੱਲਾਂ ਦੀਆਂ ਗੱਲਾਂ, ਅੱਜ ਆਪਾਂ ਬੇਬੇ ਨਾਲ ਗੁੱਸੇ, ਬੇਬੇ ਨੇ ਬਹੁਤ ਮਾੜੀ ਕੀਤੀ, ਉਧਰ ਉਹ ਮੁੰਡੇ ਨੇ ਮਾੜੀ ਕੀਤੀ, ਜਦੋਂ ਮੇਰੀ ਵਾਰੀ ਆਈ ਉਹ ਪਤੰਦਰ ਉਹਨੂੰ ਚੇਤਾ ਆ ਗਿਆ, ਇਧਰੋਂ ਬੇਬੇ ਮੁੱਕਰ ਗਈ, ਬਹੁਤ ਮਾੜੀ ਗੱਲ ਆ ਬੇਬੇ ਤੇਰੇ ਲਈ। ਮੈਂ ਤਾਂ ਥੱਕੀ ਨੀ ਗਈ ਤੇ ਤੂੰ ਥੱਕ ਗਿਆ ਬੇਬੇ। ਉਹ ਤੇ ਚੱਲ ਠੀਕ ਹੈ, ਦੱਸ ਕੀ ਖੇਡ ਕੇ ਕਿੰਨਾ ਕੁ ਮਜ਼ਾ ਆਇਆ। ਬੜਾ ਨਜ਼ਾਰਾ ਆਇਆ, ਹੁਣ ਰੋਜ਼ ਹੀ ਖੇਡਿਆ ਕਰਦੇ। ਬੇਬੇ ਨੇ ਰੋਜ਼ ਹੀ ਨਹੀਂ ਵਾਰੀ ਦਿਆ ਕਰਨੀ, ਰਹਿਣ ਦੋ ਭਾਈ, ਅਸੀਂ ਨਹੀਂ ਖੇਡਿਆ ਕਰਨਾ ਤੁਹਾਡੇ ਨਾਲ। ਜਿੱਦਾਂ ਜੇ ਛੁੱਟੀ ਹੋਇਆ ਕਰੂਗੀ ਨਾ ਆਪਦੇ ਪਰਿਵਾਰ ਨਾਲ ਟਾਈਮ ਸਪੈਂਡ ਕਰੋ, ਖੇਡੋ, ਮੱਲੋ, ਨਜ਼ਾਰੇ ਲਓ। ਥੈਂਕ ਯੂ, ਲਵ ਯੂ, ਲਵ ਯੂ ਕਰ ਦੋ ਸਾਰਿਆਂ ਨੂੰ, ਲਵ ਯੂ, ਥੈਂਕ ਯੂ, ਥੈਂਕ ਯੂ। ਰੁਕੋ ਰੁਕੋ ਰੁਕੋ, ਸੋਰੀ ਸੋਰੀ ਅੰਪਾਇਰ ਜੀ, ਸਾਡੇ ਰਹਿ ਗਏ ਡੈਡੀ ਜੀ। ਬੇਬੇ ਨੇ ਕਿਵੇਂ, ਮੇਰੀ ਤਾਂ ਵਾਰੀ ਨਹੀਂ ਆਈ, ਮੇਰੀ ਕਿਹੜਾ ਆਈ, ਆਪਾਂ ਦੋਵੇਂ ਰਹਿ ਗਏ। ਬੇਬੇ ਬੇਬੇ ਚਲਾਕੀ ਕਰ ਜਾਂਦਾ, ਚਲਾਕੀ ਕਰਦੀ, ਤਾਂ ਹੀ ਬੇਬੇ ਨਾਲ ਨਹੀਂ ਕੋਈ ਖੇਡਦਾ। ਇਹਦੇ ਮੈਚ ਦੀ ਫੀਸ ਕੱਟ ਲੈ।